أعوذ بالله من الشيطان الرجيم بسم الله الرحمن الرحيم ناظرین पंजाबी गलबात लैके एक बार फिर तुहाडा मेज़बान कामरान अली हाज़र है ते मेरे नाल मेरे मोहतरम दोस्त ते वड़े भाई साढ़े मुहम्मद अंसारी साहब भी नाल शामिल ने ते इन्हां नूं भी अज गलबात शामिल करदे आं ते पुछदे आं की हालात चलण डे पाकिस्तान दे विच की हो रहा सियासत च की गड़बड़ हो रही है या ठीक हालात क्यों जी अंसारी साहब की हालात ने पाकिस्तान अजकल कोई खबरां दे दसो सानू कोई बस एक तो वह चल रहा करोना का मेन जरा हाँ हाँ तो दूसरा सियासत का अज नवी खबर ही सुन रहे थे अज अपना शाहद दियाँ डॉक्टर शाहद दियाँ कि उन्हें कहा भी इमरान खान के बारे च भी अगर ये इस्तीफे देने भी तो बेहतर समझेगा इस असम्बली तोड़ देगा जी 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 नाज़रीन अंसारी साहब ने जी खबर शेयर की है हाँ। वह कुछ इस तरह कि भी डॉक्टर शाहद मसूद के प्रोग्राम के उन्होंने अज करते सन गल पे तो उन्होंने दसिया कि भी खान साहब की प्रेफरेंस की होएगी वो कहते हैं कि बजाय इस्तीफे लैन दे ते इन्हों दे जदों देखिया उन्होंने आखिरी हद तक नहीं बाज आ रही अपोजिशन अगर इस्तीफा देन ते आ गई ना तो खान साहब असेंबली तोड़ देनी उन्होंने तो आओ भी सारा मैच दोबारा है ना जी तो फिर जड़ी होएगी फिर वो घोड़ा तो घोड़े का मैदान आ जाओ भी दोबारा इलेक्शन है जो तुम सू तंग ही करना इस तरह से ना तो बहरहाल फिर भी मैं लेकिन हो भी खबर आ रही कि जरदारी नहीं मान रहे हो गया वो नहीं देंगे इस्तीफे अच्छा हाँ वो जो सरदारी साहब वाली गल तो अगले दिन भी दसी सी कि भी वो तो चले गए इलेक्शन कमीशन के दफ्तर से तो कहें असी इलेक्शन जाना सैनेट के इलेक्शन वास्ते जाना हाँ जी तो अगर वो इस्तीफे नहीं देंगे दे, तो कल नून लीग के इस्तीफे दिते कुछ नहीं होने लगा तो फिर वो एड्डी स्ट्रेंथ कोई नहीं तो फिर आ जाओ दियो इस्तीफे तो आके दोबारा इलेक्शन थोड़ी थान से कराइए भी तुम तो छुट्टी करो हालांकि शेर शीर ने आख्या कि वह अपना नून लीग भी हिस्सा लैगी अच्छा लेकिन एक ही है फजल मान जरा आप सीट है नहीं ना कि लेकिन एंड ते आके उन्हें भी हाँ उन्हें पूछना ही नहीं उन्हें किसी ने भी तो अंसारी साहब तुम सुनिया जो हूँ फजल मान की अपने ग्रुप के विच हाँ उस फुट पै गई कोई पीटीआई नहीं कोई नून लीग नहीं अपनी जमात ही जी होंगी आ ਉਹੀ ਉਹਦੇ ਖਿਲਾਫ ਖੜੀ ਹੋ ਗਈ ਕਿ ਉਹਦਾ ਬਿਆਨੀਆ ਜਿਹੜਾ ਬਿਲਕੁਲ ਸੈਲਫਿਸ਼ ਆ ਉਹ ਅਸਲ 'ਚ ਨਾ ਹੁਣ ਸਿਆਸਤ ਨਹੀਂ ਕਰ ਰਿਹਾ ਉਹ ਇਮਰਾਨ ਖਾਨ ਦੇ ਨਾਲ ਜ਼ਿੱਦ ਕਰ ਰਿਹਾ ਕਿ ਵੀ ਇਮਰਾਨ ਖਾਨ ਨੂੰ ਹਟਾ ਦਿਓ ਤੇ ਭਾਵੇਂ ਮੁਲਕ ਦਾ ਬੇੜਾ ਗਰਕ ਹੁੰਦਾ ਜਾਂ ਕੋਈ ਮਸਲਾ ਹੁੰਦਾ ਕੋਈ ਉਹ ਜੋ ਮਰਜ਼ੀ ਹੋ ਜਾਏ ਇਮਰਾਨ ਖਾਨ ਨਾਲ ਜ਼ਾਤੀਆਤ ਤੇ ਆਇਆ ਹੋਇਆ ਕਿ ਬਈ ਇਮਰਾਨ ਖਾਨ ਨੂੰ ਨਹੀਂ ਹੋਣਾ ਚਾਹੀਦਾ ਹਾਲਾਂ ਮੌਲਾਨਾ ਸਲਾਨੀ ਨੇ ਉਹਨੇ ਤਾਂ ਖੁਦ ਕਹਿਤਾ ਕਿ ਫਜ਼ਲ ਮਾਨ ਤਾਂ ਖੁਦ ਹੈਗਾ ਸਿਲੈਕਟਰ ਹੈਗਾ ਹਾਂ ਖੁਦ ਸਿਲੈਕਟਰ ਹੈਗਾ ਬਿਲਕੁਲ ਤੁਸੀਂ ਉਹਨੇ ਕਿਹਾ ਇਹ ਕਿਸ ਇਹਦੇ ਬਿਆਨੇ ਕੀ ਇਹਦਾ ਕੀ ਹੈ ਕਿ ਮਕਸਦ ਕੀ ਅਸਲ ਇਹਦਾ ਜੀ ਜੀ ਉਹ ਇਦਾਂ ਕਿ ਅੰਸਾਰੀ ਸਾਹਿਬ ਬਸ ਅੱਲਾਹ ਪਾਕ ਖੈਰ ਕਰੇ ਤੇ ਸਾਰਿਆਂ ਨੂੰ ਸਮਝ ਬੂਝ ਦੇ ਇਮਾਨ ਦੇ ਹਾਂ ਜੀ ਤਬਦੀਲੀ ਜ਼ਰੂਰ ਆਏਗੀ ਜੀ ਹਾਂ ਤੇ ਸਾਨੂੰ ਜ਼ਿਆਦਾ ਜਿਹੜੀ ਹਾਲਾਂਕਿ ਕਰੋਨਾ ਇੰਨਾ ਫੈਲਿਆ ਇਹਨਾਂ ਨੂੰ ਉਹ ਨੂੰ ਵੀ ਦੇਖਣਾ ਚਾਹੀਦਾ ਹੁਣ ਵਜ਼ੀਰ ਆਲਾ ਨੂੰ ਵੀ ਹੋ ਗਿਆ ਬੜੇ ਲੋਕਾਂ ਨੂੰ ਉੱਥੇ ਹੋ ਰਿਹਾ ਡਾਕਟਰ ਅੱਲਾਹ ਤਾਲਾ ਨੂੰ ਮਾਫ ਕਰੇ ਕਿੰਨੇ ਵਿਚਾਰੇ ਫੌਤ ਹੋ ਗਏ ਫਿਰ ਮਜ਼ੀਦ ਦੇਖੋ ਨਰਸਾਂ ਵੀ ਡਾਕਟਰ ਵੀ ਡਾਕਟਰ ਨੇ ਉਹ ਉਹਨਾਂ ਵਾਸਤੇ ਬੜਾ ਵੱਡਾ ਇੱਕ ਇਮਤਿਹਾਨ ਆ ਨਾ ਜੇ ਕਰੀ ਦੁਬਾਰਾ ਉਹ ਖੁਦ ਵੀ ਫੈਮਲੀਆਂ ਵਾਲੇ ਹੁੰਦੇ ਆ ਉਹ ਜਾ ਕੇ ਮਰੀਜ਼ਾਂ ਨੂੰ ਅਟੈਂਡ ਕਰਨਾ ਪੂਰੀਆਂ ਸਹੂਲਤਾਂ ਨਾ ਉਹਨਾਂ ਦੇ ਕੋਲ ਹੋਣਾ ਅਗਰ ਫਰੰਟ ਲਾਈਨ ਤੇ ਉਹ ਹੀ ਲੜਦਾ ਹੈ ਫਰੰਟ ਲਾਈਨ ਤੇ ਉਹ ਹੀ ਲੜਿਆ ਸਾਨੂੰ ਉਹਨਾਂ ਦਾ ਬਹੁਤ ਅਹਿਸਾਸ ਕਰਨਾ ਚਾਹੀਦਾ ਔਰ ਸਲੂਟ ਕਰਨਾ ਚਾਹੀਦਾ ਪਾਕਿਸਤਾਨ ਦੇ ਜਿਹੜੇ ਡਾਕਟਰਸ ਨੇ ਜਾਂ ਜਿੰਨੀਆਂ ਨਰਸਾਂ ਨੇ ਵਿਚਾਰੀਆਂ ਜਿਹੜੀਆਂ ਫਰੰਟ ਲਾਈਨ ਤੇ ਕੰਮ ਕਰ ਰਹੀਆਂ ਨੇ ਹਾਂ ਆਪਣੀ ਜਾਨਾਂ ਕੁਰਬਾਨ ਕਰਕੇ ਤੇ ਲੋਕਾਂ ਨੂੰ ਬਚਾ ਰਹੇ ਨੇ ਬਿਲਕੁਲ ਡਾਕਟਰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਕਹਿ ਲਓ ਇੱਕ ਫੌਜੀ ਜਿਹੜਾ ਉਹ ਮਹਾਜ਼ ਤੇ ਖੜਾ ਬਿਲਕੁਲ ਬਿਲਕੁਲ ਡਾਕਟਰ ਵੀ ਐਸਲੇ ਉਸ ਫੌਜੀ ਤੋਂ ਘੱਟ ਨਹੀਂ ਜਿਹੜਾ ਮਹਾਜ਼ ਤੇ ਖੜਾ ਤੇ ਅਸੀਂ ਆਪਣੀ ਫੌਜ ਨੂੰ ਵੀ ਆਫਰੀਨ ਕਹਿੰਦੇ ਹਾਂ ਉਹ ਮੈਂ ਸੁਣਦਾ ਖਬਰਾਂ ਦੇ ਵਿੱਚ ਇੰਡੀਆ ਦੀਆਂ ਗਿੱਦੜ ਬੱਬਕੀਆਂ ਜੀ ਅਸੀਂ ਇਸ ਤਰ੍ਹਾਂ ਕਰਦੇ ਹਾਂ ਉਹਨਾਂ ਨੇ ਉਹ ਤਾਂ ਐਵੇਂ ਉਹਨਾਂ ਨੇ ਕੌਣ ਪੁੱਛਦਾ ਉਹਦਾ ਮੀਡੀਆ ਜਿਵੇਂ ਬਕਵਾਸ ਕਰਦੇ ਰਹਿੰਦੇ ਆ ਤੇ ਨਵੀਂ ਆਪਣਾ ਪ੍ਰਾਈਮ ਮਿਨਿਸਟਰ ਸਾਹਿਬ ਅੱਜ ਗਏ ਪੁਲਿਸ ਦੀ ਪਰੇਡ ਵਿੱਚ ਤੇ ਮਾਸ਼ਾਅੱਲਾ ਬੜੀ ਅੱਛਾ ਕੀਤਾ ਉਹਨਾਂ ਨੇ ਕਿ ਨਹੀਂ ਮੈਂ ਅੱਛਾ ਤੁਹਾਡੀ ਬੜੀ ਅੱਛੀ ਗੱਲ ਤੁਸੀਂ ਪੁਆਇੰਟ ਆਊਟ ਕੀਤਾ ਪੁਲਿਸ ਨੂੰ ਵੀ ਇਹਨਾਂ ਦਾ ਪਹਿਲੀ ਦਫਾ ਪੁਲਿਸ ਨੂੰ ਵੀ ਕੋਈ ਤਾਰੀਫ ਹੋਈ ਉਹਨਾਂ ਦੀ ਕੋਈ ਆਹ ਵੀ ਫਰੰਟ ਲਾਈਨ ਤੇ ਲੜਦੇ ਕਿਸਮ ਦਾ ਅੰਦਰੂਨੀ ਮੁਲਕ ਕਿੰਨਾ ਹਿਫਾਜ਼ਤ ਕਰਦੇ ਆ ਬਿਲਕੁਲ ਅਸੀਂ ਸੁੱਤੇ ਹੁੰਦੇ ਹਾਂ ਜੋ ਹਿਫਾਜ਼ਤ ਕਰ ਰਹੇ ਹੁੰਦੇ ਆ ਲੇਕਿਨ ਖਾਨ ਸਾਹਿਬ ਜਿਹੜਾ ਅੱਜ ਉੱਥੇ ਗਏ ਪਹਿਲੀ ਦਫਾ ਪਾਕਿਸਤਾਨ ਦੀ ਤਾਰੀਖ 'ਚ ਕੋਈ ਵਜ਼ੀਰ ਆਜ਼ਮ ਜਿਹੜਾ ਉਹ ਪੁਲਿਸ ਦੀ ਉਹ ਪਾਸ ਆਊਟ ਪਾਸਿੰਗ ਆਊਟ ਪਰੇਡ ਤੇ ਗਿਆ ਬਹੁਤ ਫਿਰ ਉਹਨਾਂ ਨੇ ਉਹਨਾਂ ਨੂੰ ਪੜਾਉਣ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਹਾਂ
और ये दस्या कि भी पैसा हर चीज़ नहीं होती। मैनू एक बारी लालच मिलिया किसी जगह पर, मैं पैसे नूं प्रेफरेंस नहीं दी। जी हाँ बिल्कुल और इसे तरह उन्होंने पुलिस वाले ने कहा कि तुहाडी तनखावां भी वधावांगे, जी बिल्कुल वधावांगे, बाकी बाकी लोगों दी वधावांगे जिन्हें सरकारी मुलाजम है। हाँ असल च नाजरीन जिहड़ा बेसिक मसला साडे मुल्क दे विच, वो जिन्हें बेचारे सरकारी थले लैवल दे जी हाँ जी छोटे लैवल दे मुलाजम ही नहीं, हाँ जी उन्होंने कोल इन्नी तनखा नहीं है। इन्नी तनखा नहीं होती है, जे इन्हां दी तनखा होवे ते कोई माड़ा बंदा, चलो जिवें महंगाई है खर्चे नहीं पूरे होंदे, खर्चे नहीं पूरे होंदे, लेकिन थोड़ा वक्त है इंशाल्लाह बड़ा उन्हां दी तनखावां कीतियां जाणगियां वधाईयां जाणगियां। और अंसारी साहब टाइम खत्म हो गया साडे इस प्रोग्राम दा, इंशाल्लाह ताला नाज़रीन फिर तुहाडी खिदमत च हाज़र होवांगे। फॉर नाओ अल्लाह हाफिज़। अल्लाह हाफिज़। अल्लाह हाफिज़।